ਬਠਿੰਡਾ ਵਿੱਚ ਨਸ਼ਾ ਰੋਕਣ ਲਈ ਐਸਐਸਪੀ ਸਿਵਲ ਵਰਦੀ ਚੋਂ ਨਿਕਲ ਗਏ ਚੈਕਿੰਗ ਕਰਨ। ਖੁਦ ਲੋਕਾਂ ਦੀ ਚੈਕਿੰਗ ਕੀਤੀ ਤੇ ਉਹਨਾਂ ਨੂੰ ਨਸ਼ੇ ਦੇ ਬਾਰੇ ਦੱਸਿਆ। ਸੁਣੋ ਮੌਕੇ ਤੇ ਕੀ ਬੋਲੇ ਜੀ। ਬਠਿੰਡਾ ਦਾ ਜਿਹੜਾ ਇਹ ਰੇਲਵੇ ਟਰੈਕ ਜਿੱਥੇ ਜਾਂਦੀ ਹੈ, ਇੱਥੇ ਕੰਪਲੇਂਟ ਸੀਗੀ ਥੋੜੀ ਐਨਡੀਪੀਐਸ ਦੀ ਜਿਹੜੀ ਹੈਗੀ ਸ਼ਿਕਾਇਤ। ਅਸੀਂ ਲੋਕਾਂ ਨਾਲ ਮੀਟਿੰਗ ਕੀਤੀ, ਉਹਦੇ ਵਿੱਚ ਸਾਨੂੰ ਫੀਡਬੈਕ ਮਿਲਿਆ ਤੇ ਸਾਡੇ ਐਸਪੀਸੀਟੀ, ਸਾਡੇ ਇੰਸਪੈਕਟਰ ਐਫਆਈਯੂ ਇਹ ਕਈ ਦਿਨਾਂ ਦਾ ਇੱਥੇ ਜਿਹੜਾ ਹੈਗਾ ਐਸਐਚਓ ਦੌਰਾ ਕਰਕੇ ਸਿਵਲ ਦੇ ਵਿੱਚ ਆਉਂਦੇ ਹੈ ਤੇ ਉਹ ਜਿਹੜਾ ਹੈਗਾ ਐਕਸ਼ਨ ਕਰਕੇ ਇਹਨਾਂ ਨੇ ਕੁਝ ਬੰਦੇ ਵੀ ਫੜੇ ਤੇ ਜਿਹੜੇ ਜਿਹੜੇ ਏਰੀਆ ਹੈਗੇ ਆਈਡੈਂਟੀਫਾਈ ਕੀਤੇ ਹੈ, ਇੱਥੇ ਪਬਲਿਕ ਨਾਲ ਗੱਲਬਾਤ ਕੀਤੀ ਹੈ ਤਾਂ ਕਿ ਜਿਹੜੇ ਡਰੱਗ ਸਮਗਲਰ ਹੈਗੇ ਉਹਨਾਂ ਦਾ ਪਤਾ ਲੱਗ ਸਕੇ। ਸਿਵਲ ਦੇ ਵਿੱਚ ਟੀਮ ਹੈਗੀ ਤੇ ਅੱਜ ਅਸੀਂ ਆ ਕੇ ਆਪ ਇਸ ਇਲਾਕੇ ਦਾ ਦੌਰਾ ਕੀਤਾ। ਜਿਹੜਾ ਇੱਥੇ ਸ਼ਮਸ਼ਾਨ ਘਾਟ ਹੈਗਾ ਉੱਥੇ ਜਿਹੜੇ ਬੱਚੇ ਵਗੈਰਾ ਖੇਲੇ ਸੀ ਉਹਨਾਂ ਨਾਲ ਗੱਲਬਾਤ ਕੀਤੀ, ਕੁਝ ਪਰਿਵਾਰ ਸਾਨੂੰ ਮਿਲੇ ਉਹਨਾਂ ਨਾਲ ਗੱਲਬਾਤ ਕੀਤੀ ਹੈ, ਪੁਰਾਣੇ ਵੇਚਣ ਵਾਲੇ ਸੀਗੇ ਉਹਨਾਂ ਨੂੰ ਵੀ ਅਸੀਂ ਮਿਲੇ ਹਾਂ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਪ੍ਰਾਈਵੇਟ ਸਿਵਲ ਦੇ ਵਿੱਚ ਤੇ ਯੂਨੀਫਾਰਮ ਦੇ ਵਿੱਚ ਹਰ ਤਰੀਕੇ ਨਾਲ ਦਬਿਸ਼ ਦੇ ਕੇ ਇਹ ਜਿਹੜੇ ਵੇਚਣ ਵਾਲੇ ਹੈਗੇ ਇਹਨਾਂ ਨੂੰ ਫੜਿਆ ਜਾ ਸਕੇ। ਸਰ ਇਹ ਖਾਸ ਕਰਕੇ ਜਨਤਾ ਨਗਰ ਦਾ ਏਰੀਆ ਜਾਂ ਧੋਬੀਆਣਾ ਜਾਂ ਜਿਹੜਾ ਬੀੜ ਤਲਾ ਬਸਤੀ ਹੈ ਜਿਹੜੀ, ਇਹ ਏਰੀਆ ਹੀ ਤਿੰਨ ਚਾਰ ਏਰੀਏ ਨੇ ਜਿਹੜੇ ਖਾਸ ਕਰਕੇ ਚੁਣੇ ਜਾਂਦੇ ਨੇ ਪੁਲਿਸ ਵੱਲੋਂ, ਕੀ ਗੱਲ ਇਸੇ ਏਰੀਏ ਦੇ ਵਿੱਚ ਹੀ ਜ਼ਿਆਦਾਤਰ ਜਿਹੜੀ ਪ੍ਰੋਬਲਮ ਆਈ ਹੋਈ? ਦੇਖੋ ਜੀ, ਕੁਛ ਤਾਂ ਐਨਡੀਪੀਐਸ ਦੇ ਹੌਟਸਪੌਟ ਹੁੰਦੇ ਆ ਜਿਹੜੇ ਹੈਗੇ, ਕ੍ਰਾਈਮ ਮੈਪਿੰਗ ਕੀਤੀ ਜਾਂਦੀ ਉਹਦੇ ਵਿੱਚ ਕਈ ਹੌਟਸਪੌਟ ਹੁੰਦੇ ਆ। ਇਕੱਲੇ ਆਪਣੇ ਬਠਿੰਡਾ ਸ਼ਹਿਰ ਦੇ ਵਿੱਚ ਇਹ ਹੌਟਸਪੌਟ ਹੈਗੇ, ਅਦਰਵਾਈਜ਼ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਾਫੀ ਅਲੱਗ ਅਲੱਗ ਹੌਟਸਪੌਟਸ ਪਿੰਡਾਂ ਦੇ ਵਿੱਚ ਵੀ ਹੈਗੇ, ਉੱਥੇ ਵੀ ਦਬਿਸ਼ ਦਿੱਤੀ ਜਾਂਦੀ ਹੈ, ਸਰਚ ਆਪਰੇਸ਼ਨ ਕੀਤੇ ਜਾਂਦੇ ਆ ਤੇ ਕਾਰਵਾਈ ਹੋ ਰਹੀ। ਸਰ ਅੱਜ ਤੁਸੀਂ ਆਏ ਹੋ ਤਾਂ ਇੱਥੇ ਕਿਹੋ ਜਿਹਾ ਮਾਹੌਲ ਤੁਹਾਨੂੰ ਮਿਲਿਆ? ਤੁਸੀਂ ਕਿਉਂਕਿ ਖੁਦ ਵਿਚ ਰਹੇ ਹੋ ਲੋਕਾਂ ਦੇ ਵਿੱਚ, ਕੀ ਲੋਕਾਂ ਦੀਆਂ ਸ਼ਿਕਾਇਤਾਂ ਨੇ ਤੇ ਕਿਹੋ ਜਿਹਾ ਮਾਹੌਲ ਹੈ ਇੱਥੇ? ਦੇਖੋ ਜੇ ਪਬਲਿਕ ਦੇ ਵਿੱਚ ਆ ਕੇ ਅਸੀਂ ਚੱਲਦੇ ਹਾਂ ਤਾਂ ਫੀਡਬੈਕ ਵੀ ਮਿਲਦਾ ਹੈ, ਪੁਲਿਸ ਦਾ ਫੀਡਬੈਕ ਵੀ ਮਿਲਦਾ ਹੈ ਤੇ ਜਿਹੜੇ ਕੋਈ ਮਾੜੇ ਅਨਸਰ ਹੈਗੇ ਉਹਨਾਂ ਦਾ ਫੀਡਬੈਕ ਵੀ। ਜੀ, ਕੁਝ ਖਾਸ ਕਿਹਾ ਲੋਕਾਂ ਨੇ ਤੁਹਾਡੇ ਤੋਂ ਕੋਈ ਡਿਮਾਂਡ ਕੀਤੀ ਹੋਵੇ ਕਿ ਇੱਥੇ ਆਹ ਜ਼ਿਆਦਾ ਪ੍ਰੋਬਲਮ ਹੋਈ ਵੀ ਹੈ, ਇਹਨੂੰ ਜੇ ਤੁਸੀਂ ਸੋਲਵ ਕਰਦੇ ਹੋ ਤਾਂ ਜਲਦੀ ਜਿਹੜਾ ਇਸ ਚੀਜ਼ ਦੇ ਉੱਤੇ ਨੱਕ ਪਾਈ ਜਾ ਸਕਦੀ ਹੈ ਨਸ਼ੇ ਨੂੰ ਲੈ ਕੇ ਖਾਸ ਕਰਕੇ? ਦੇਖੋ, ਉਹ ਜਿਹੜੀ ਇਨਫੋਰਮੇਸ਼ਨ ਸੀਕ੍ਰੇਟਲੀ ਸਾਨੂੰ ਦਿੱਤੀ ਗਈ ਉਹ ਤੇ ਅਸੀਂ ਕਾਰਵਾਈ ਕਰਾਂਗੇ, ਬਾਕੀ ਇਹ ਆਬਵੀਅਸ ਹੈ ਕਿ ਜਿਹੜੀ ਲੋਕਾਂ ਨੂੰ ਪ੍ਰੋਬਲਮ ਹੈਗੀ ਹੈ ਉਹਦੇ ਬਾਰੇ ਉਹ ਦੱਸਣਗੇ। ਸਰ ਲੰਬਾ ਸਮਾਂ ਹੋ ਗਿਆ ਇਸ ਏਰੀਏ ਦੇ ਵਿੱਚ ਜਿਹੜੀ ਹੈ ਉਹੀ ਸਮੱਸਿਆ ਜਿਹੜੀ ਬਾਰ ਬਾਰ ਆ ਰਹੀ ਹੈ, ਕੀ ਕਾਰਨ ਨੇ ਜੀ? ਉਹ ਲੋਕ ਜਿਹੜੇ ਇੱਥੋਂ ਫੜੇ ਜਾਂਦੇ ਨੇ ਜਾਂ ਨਸ਼ਾ ਵੇਚਦੇ ਨੇ ਉਹ ਬਾਰ ਬਾਰ, ਕੀ ਗੱਲ ਜੀ, ਉੱਥੋਂ ਜਦੋਂ ਵੀ ਜੇਲ੍ਹ ਚੋਂ ਆਉਂਦੇ ਨੇ ਉਹ ਦੁਬਾਰਾ ਆ ਕੇ ਫਿਰ ਉਹੀ ਕੰਮ ਤੇ ਹੋ ਜਾਂਦੇ ਨੇ? ਦੇਖੋ, ਪ੍ਰੋਬਲਮ ਤਾਂ ਆਪਣੇ ਸਾਹਮਣੇ ਹੈਗੀ ਹੈ, ਉਹਨੂੰ ਐਡਰੈਸ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਜਿਹੜਾ ਹੈਗਾ ਅਸੀਂ ਪੁਰਜ਼ੋਰ, ਸਾਡੀ ਕੋਸ਼ਿਸ਼ ਹੈ ਕਿ ਮਲਟੀ ਪ੍ਰੋਂਗਡ ਅਪਰੋਚ ਲੈ ਕੇ ਚੱਲੀਏ, ਲੋਕਾਂ ਨੂੰ ਵੀ ਨਾਲ ਲੈ ਕੇ ਚੱਲੀਏ, ਐਕਸ਼ਨ ਵੀ ਲਈਏ, ਮੀਟਿੰਗ ਵਗੈਰੇ ਵੀ ਕਰੀਏ ਸਿਵਲ ਜਿਹਦਾ ਹੈਗਾ ਉਹ ਕਰਕੇ, ਇਹੀ ਮਕਸਦ ਹੈਗਾ ਕਿ ਪ੍ਰੋਬਲਮ ਨੂੰ ਜੜ ਤੋਂ ਅਸੀਂ ਖਤਮ ਕਰ ਸਕੀਏ। ਲੋਕਾਂ ਨੂੰ ਕੀ ਅਪੀਲ ਕੀਤੀ? ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ ਜੀ, ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰੋ ਕਿਉਂਕਿ ਜਿਹੜਾ ਆਪਣਾ ਜਿਹੜਾ ਭਵਿੱਖ ਹੈਗਾ, ਆਪਣੇ ਬੱਚੇ ਹੈਗੇ ਉਹ ਸਾਂਝੇ ਹੈਗੇ ਸਾਰਿਆਂ ਦੇ, ਉਹਨਾਂ ਨੂੰ ਬਚਾਉਣਾ ਹੈ ਤੇ ਆਪਾਂ ਇਕੱਠੇ ਹੋ ਕੇ। ਤਹਿਲਕਾ ਨਿਊਜ਼, ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ।
ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।